ਅਸੀਂ ਗੁਰਦੁਆਰੇ ਤੇ ਮੰਦਿਰ ਤੇ ਪੁਰਾਣੀ ਬਿਲਡਿੰਗਸ ਲੱਭਦੇ ਇਹ ਲਾਲਪੁਰ ਰੋਡ ਜਾਂ ਫੈਸਲਾਬਾਦ ਰੋਡ ਤੇ ਅਸੀਂ ਦਰਿਆ ਰਾਵੀ ਦੀ ਤਰਫ ਜਾ ਰਹੇ ਹਾਂ ਚੰਨੂਗੜ੍ਹ ਠੱਠਾ ਪਤਾ ਚੱਲਿਆ ਜੀ ਕਿ ਚੰਨੂਗੜ੍ਹ ਠੱਠੇ 'ਚ ਮਹਿਤਮ ਸਰਦਾਰ ਰਹਿੰਦੇ ਸੀ ਤੇ ਅਸੀਂ ਹੁਣ ਕਿਹੜਾ ਨਾ ਜੀ ਉੱਥੇ ਜਾ ਰਹੇ ਹਾਂ ਇਹ ਸੂਰਜ ਗਰੂਪ ਹੁਣ ਦੇ ਕਰੀਬ ਹੈਗਾ ਤੇ ਸਾਡਾ ਪਿੰਡ ਵੀ ਪਿੱਛੇ ਘਰ ਕਿਹੜਾ ਹੈਗਾ ਇੱਥੋਂ 40 ਕਿਲੋਮੀਟਰ ਹੈ ਚਲੋ ਜੀ ਆਸਫ ਸਾਹਿਬ ਕਹਿੰਦੇ ਥੋੜ੍ਹਾ ਹੈਗਾ ਥੋੜ੍ਹਾ ਮੰਨ ਲੈਂਦੇ ਹੈਗੇ ਜੀ ਇਹ ਜੀ ਗੌਰਮੈਂਟ ਬੋਆਇਜ਼ ਪ੍ਰਾਇਮਰੀ ਸਕੂਲ ਚੰਨੂ ਮਹਿਤਮ ਮਹਿਤਮ ਇੱਥੇ ਸਰਦਾਰ ਸਿੱਖ ਰਹਿੰਦੇ ਸੀ ਉਹਨਾਂ ਦੇ ਨਾਂ 'ਤੇ ਇਹ ਅਜੇ ਵੀ ਪਿੰਡ ਕਿਹੜਾ ਹੈ ਇਹ ਸਕੂਲ ਬੱਚੇ ਕਿਹੜੇ ਜੀ ਵਾਲੀਬਾਲ ਖੇਡ ਰਹੇ ਹੈਗੇ ਸਕੂਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਅਸੀਂ ਠੱਠਾ ਚੰਨੂ ਕੇ ਮਾਤਮ ਜਿੱਥੇ ਸਰਦਾਰ ਰਹਿੰਦੇ ਸੀ ਉੱਥੇ ਆਏ ਹਾਂ ਅਤੇ ਸਾਨੂੰ ਇੱਥੇ ਇੱਕ ਬਜ਼ੁਰਗ ਮਿਲੇ ਆ ਇਹਨਾਂ ਬਜ਼ੁਰਗਾਂ ਦੇ ਨਾਲ ਇੱਥੇ ਦੀਆਂ ਵੀ ਗੱਲਾਂ ਕਰਾਂਗੇ ਅਤੇ ਇਹ ਇੰਡੀਆ 'ਚੋਂ ਦੱਸਦੇ ਕਿ ਆਏ ਹੈਗੇ ਆ ਅਤੇ ਉੱਥੇ ਦੀਆਂ ਵੀ ਗੱਲਾਂ ਕਰਾਂਗੇ ਲਓ ਜੀ ਆਓ ਹੁਣ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਹੈਗੇ ਅਸਲਾਮ ਵਾਲੇਕੁਮ ਜੀ ਬਾਬਾ ਜੀ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਵਰਹਿਮਤੁਲਾਹ ਹਾਂਜੀ ਬਾਬਾ ਜੀ ਕੀ ਨਾਂ ਤੁਹਾਡਾ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਵਾਲੇ ਸਾਹਿਬ ਦਾ ਕੀ ਨਾਂ ਸੀ ਜੀ ਅਸਗਰ ਅਲੀ ਅਸਗਰ ਅਲੀ ਅਤੇ ਬਾਬਾ ਜੀ ਹੁਣ ਉੱਥੇ ਆਪਾਂ ਠੱਠੇ 'ਚ ਬੈਠੇ ਹਾਂ ਜੀ ਹਾਂਜੀ ਅੱਛਾ ਅਤੇ ਇਹਦੇ ਨਾਲ ਇਹਦਾ ਪੂਰਾ ਨਾਂ ਦੱਸਿਓ ਜੇ ਇਸ ਜਗ੍ਹਾ ਦਾ ਪੂਰਾ ਨਾਂ ਚੰਨੂ ਮਾਤਮ ਠੱਠਾ ਚੰਨੂ ਮਾਤਮ ਠੀਕ ਹੋ ਗਿਆ ਇਹਦੇ ਨਾਲ ਦੇ ਪਿੰਡਾਂ ਦਾ ਨਾਂ ਦੱਸਿਓ ਜੀ ਜ਼ਰਾ ਫਤਿਹਪੁਰ ਮਸ਼ਰਕ ਵਿੱਚ ਅੱਛਾ ਜੀ ਮਸ਼ਰਕ ਵਿੱਚ ਫਤਿਹਪੁਰ ਜਨੂਬ ਦੇ ਵਿੱਚ ਠੱਠਾ ਹਮਾਦ ਕਾ ਠੱਠਾ ਹਮਾਦ ਕਾ ਠੀਕ ਹੋ ਗਿਆ ਜੀ ਸ਼ਮਾਲ ਦੇ ਵਿੱਚ ਦਰਿਆ ਅੱਛਾ ਜੀ ਅਤੇ ਸਮੈਲ ਕਾ ਠੱਠਾ ਦਰਿਆ ਰਾਵੀ ਜੀ ਹਾਂਜੀ ਦਰਿਆ ਰਾਵੀ ਅੱਛਾ ਜੀ ਅਤੇ ਇਹ ਫੈਸਲਾਬਾਦ ਕਿਹੜੀ ਰੋਡ ਆ ਉਹਦੇ ਉੱਤੇ ਆ ਜੀ ਉਹਦੇ ਉੱਤੇ ਉਹਦੇ ਉੱਤੇ ਹੈਗਾ ਠੀਕ ਹੋ ਗਿਆ ਅਤੇ ਤੁਸੀਂ ਕਿਹੜੇ ਇੰਡੀਆ 'ਚੋਂ ਕਿੱਥੋਂ ਆਏ ਹਾਂ ਜੀ ਰਿਆਸਤ ਫਰੀਦਕੋਟ ਰਿਆਸਤ ਫਰੀਦਕੋਟ ਅਤੇ ਉਹਦਾ ਜ਼ਿਲ੍ਹਾ ਕਿਹੜਾ ਸੀਗਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਸੀ ਜੀ ਅੱਛਾ ਅਤੇ ਕਦੋਂ ਪਾਕਿਸਤਾਨ ਬਣਿਆ ਜੀ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਮਰ ਤਕਰੀਬਨ 14 ਸਾਲ ਦੀ ਤੁਸੀਂ 14 ਸਾਲ ਦੇ ਸੀਗੇ ਕਦੋਂ ਪਾਕਿਸਤਾਨ ਬਣਿਆ ਮੈਂ ਤੀਸਰੀ ਜਮਾਤ 'ਚ ਪੜ੍ਹਦਾ ਸੀ ਉੱਧਰ ਉੱਧਰ ਤੁਸੀਂ ਤੀਸਰੀ ਜਮਾਤ 'ਚ ਪੜ੍ਹਦੇ ਸੀ ਉੱਧਰ ਵੱਡੇ ਹੋ ਕੇ ਮੇਰੇ ਖਿਆਲ ਸਕੂਲ ਜਾਂਦੇ ਸੀਗੇ ਜੀ ਅੱਛਾ ਅਤੇ ਤੁਸੀਂ ਪਿੰਡ ਆਪਣੇ ਦਾ ਕੀ ਨਾਂ ਦੱਸਿਆ ਉੱਥੇ ਜੀ ਦੇਵੀ ਵਾਲਾ ਅੱਛਾ ਉੱਥੇ ਸਕੂਲ ਸੀਗਾ ਜੀ ਪਹਿਲੇ ਸਕੂਲ ਕੋਈ ਨਹੀਂ ਸੀ ਅੱਛਾ ਅਸੀਂ ਕਦੇ ਕਿਸੇ ਹਾਤੇ 'ਚ ਕਦੇ ਕਿਸੇ ਹਾਤੇ 'ਚ ਇੱਕ ਸਿੱਖਾਂ ਦੀ ਧਰਮਸ਼ਾਲਾ ਵੱਜਦੀ ਸੀ ਉਹਦੇ 'ਚ ਹੀ ਪੜ੍ਹਦੇ ਰਹੇ ਅੱਛਾ ਫਿਰ ਰਾਜੇ ਨੇ ਸਕੂਲ ਬਣਾਤਾ 5-6 ਪਿੰਡਾਂ ਵਾਸਤੇ ਇੱਕ ਅੱਛਾ ਜੀ ਤਬੇਲਾ ਅੱਛਾ ਪਹਿਲੇ ਉਹਦਾ ਘੋੜਿਆਂ ਦਾ ਖਾਤਾ ਹੁੰਦਾ ਸੀ ਘੋੜੇ ਘੂੜੇ ਚੁੱਕਤੇ ਅੱਛਾ ਅਤੇ ਉਹ ਸਕੂਲ ਬਣਾਤਾ 5-6 ਪਿੰਡਾਂ ਦੇ ਮੁੰਡੇ ਉੱਥੇ ਆ ਕੇ ਪੜ੍ਹਦੇ ਸੀ ਤੁਹਾਡੇ ਪਿੰਡ 'ਚ ਜੀ ਜਾਂ ਤਬੇਲੇ 'ਚ ਤਬੇਲਾ ਸਾਥੋਂ ਕੋਈ 1.5 ਕਿਲੋਮੀਟਰ ਦੂਰ ਮਗਰਬ ਦੀ ਤਰਫ ਸੀ ਅੱਛਾ ਜੀ ਅਤੇ ਕਿਹੜਾ ਤੁਹਾਡਾ ਪਿੰਡ ਸੀਗਾ ਜੀ ਉੱਥੇ ਮੁਸਲਮਾਨਾਂ ਤੋਂ ਇਲਾਵਾ ਹੋਰ ਕਿਹੜੀਆਂ ਕੌਮਾਂ ਰਹਿੰਦੀਆਂ ਸੀਗੀਆਂ ਜੀ ਆਹ ਸਿੱਖ ਰਹਿੰਦੇ ਸੀ ਸਿੱਖ ਰਹਿੰਦੇ ਸੀਗੇ ਚੂੜੇ ਰਹਿੰਦੇ ਸੀ ਅੱਛਾ ਜੀ ਬੌਰੀਏ ਰਹਿੰਦੇ ਸੀ ਅੱਛਾ ਮਾਤਮ ਰਹਿੰਦੇ ਸੀਗੇ ਅੱਛਾ ਕਿਹੜੇ ਮਾਤਮ ਆ ਇਹ ਬੌਰੀਏ ਆ ਹਾਂਜੀ ਠੀਕ ਅਤੇ ਜ਼ਿਮੀਦਾਰਾਂ ਨਹੀਂ ਕਰਦੇ ਕਿਹੜੇ ਆ ਮਾਤਮ ਹੈਗੇ ਜੀ ਨਹੀਂ ਹਾਂ ਸਿਰਫ ਸਿੱਖ ਕਰਦੇ ਸੀ ਜ਼ਿਮੀਦਾਰਾਂ ਅੱਛਾ ਜੀ ਜਾਂ ਮੁਸਲਮਾਨ ਕਰਦੇ ਸੀਗੇ ਅੱਛਾ ਅਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉੱਥੇ ਨੰਬਰਦਾਰ ਸੀ ਗੁਲਜ਼ਾਰ ਮੁਹੰਮਦ ਗੁਲਜ਼ਾਰ ਮੁਹੰਮਦ ਅੱਛਾ ਤਾਂ ਬਾਬੇ ਆਪਾਂ ਕਿਹੜੀ ਬਰਾਦਰੀ ਆਪਣੀ ਹੈਗੀ ਆ ਰਾਜਪੂਤ ਭੱਟੀ ਰਾਜਪੂਤ ਭੱਟੀ ਹੈਗੇ ਆ ਅਤੇ ਕਿਹੜਾ ਗੁਲਜ਼ਾਰ ਸੀਗਾ ਉਹ ਨੰਬਰਦਾਰ ਉਹ ਕੌਣ ਸੀਗਾ ਜੀ ਉਹ ਵੀ ਰਾਜਪੂਤ ਭੱਟੀ ਰਾਜਪੂਤ ਭੱਟੀ ਸੀ ਬਰਾਦਰੀ ਦਾ ਇੱਕੋ ਹੀ ਨੰਬਰਦਾਰੀ ਸੀਗੀ ਦੋ ਨੰਬਰਦਾਰ ਸੀ ਇੱਕ ਸਿੱਖਾਂ ਦਾ ਸੀ ਇੱਕ ਮੁਸਲਮਾਨ ਦਾ ਉਹਦੇ ਨਾਂ ਕੋਈ ਪਤਾ ਸਿੱਖਾਂ ਦੇ ਤਾਂ ਹਾਂਜੀ ਕੀ ਨਾਂ ਸੀ ਜੀ ਉਹਦਾ ਨਾਂ ਹੈਗਾ ਸੀ ਕਰਨੈਲ ਸਿੰਘ ਕਰਨੈਲ ਸਿੰਘ ਸੀਗਾ ਅੱਛਾ ਜੀ ਠੀਕ ਹੋ ਗਿਆ ਬਾਬਾ ਜੀ ਅੱਛਾ ਤੇ ਦੂਸਰਾ ਕਿੰਨੀ ਕੁ ਜ਼ਮੀਨ ਸੀ ਉੱਥੇ ਸਾਡੀ ਮਰਬੇ ਕਿਹੜੇ ਸੀਗੇ ਉੱਥੇ ਤੁਹਾਡੇ ਪਿੰਡ ਦੇ ਮਰਬੇ ਜਿਹੜੇ ਮੁਸਲਮਾਨਾਂ ਦੀ ਜ਼ਮੀਨ ਸੀ ਨਾ ਹਾਂਜੀ ਉਹ ਤਕਰੀਬਨ ਤੁਹਾਨੂੰ ਦੱਸਾਂ 8 ਕਿੱਲੇ 7 ਕਿੱਲੇ
किसी घर की 500 किला सी याद आ गया। मुसलमान जेडे सिखा ने आप दी हिफाजत वास्ते लिया के बिठाए, यानी कि अक्सरियत ओ सी, जमीन दी अक्सरियत च ओ सी। हां ते आबादी ना मुसलमान ज्यादा सी, मुसलमान ज्यादा सी। ठीक हो गया। ते एकड़ी जमीना सी या नहरी सी या बरानी सी? कोई नहरी ज्यादा सी। अच्छा जी, बरानी थोड़ियां सी। बरानी थोड़ियां सी। ठीक हो गया। अच्छा ते तुसी केड़ा स्कूल दस्या वा, स्कूल दे विच केड़े उस्ताद सी, कोई नाम पता तुहानू याद है कोई? एक दा नाम सी वली मोहम्मद। अच्छा जी, मुसलमान सी, फरीदकोट तो आउंदा सी सानू पढ़ाउण। फरीदकोट तो आउंदा सी। अच्छा, एक सिख सी। अच्छा, ओदा नाम कोई याद? नाम नहीं याद, हुण आउंदा, ज़हन तो लठा होया है। अच्छा चलो कोई नहीं, आ जाओ। अच्छा ते केड़े तुहाडे नाल तुहाडी उम्र दे कोई सिखां दे मुंडे या दूसरी कौमां केड़ियां सी, कोई याद है तुहानू? हां कोई कोई याद है। अच्छा केड़े याद हो ते नाम ते लियो तेरा। जगीर सिंह। अच्छा जी, जगीर सिंह। अच्छा अच्छा, गुरदेव सिंह। अच्छा जी, दो ते एक बलवंत सिंह। अच्छा जी, एक नायब सिंह। अच्छा ठीक हो गया। तो खेलते सी तुसी इकट्ठे आपस च? हां खेलदे। अच्छा कोई यानी कि मजहब दा धर्म दा नहीं सी हैगा वी आप फलां मजहब दा फलां? साडे दुआ पढ़दे सी ना। हां हां, उदो पढ़दे हुंदे सी अर्जो समा में देखी जलवानु माई तेरी। अच्छा, सारे मुसलमान विच सिखां दे मुंडे भी राखिया ही पढ़दे। अच्छा, अर्जो समा में देखी जलवानु माई तेरी, ताबे हैं तेरे मौला सारी खुदाई तेरी। क्या बात है, शान इलाही तेरी, दुनिया पे शाही तेरी। बस इस तरह पढ़दे सी। अच्छा अच्छा ठीक हो गया जी। अच्छा ते तुसी दसदे सीगे वी तुसी असल च फरीदकोट दे नहीं सी हैगे तुहाडे वड्डे? नहीं नहीं। अच्छा ओ ते स्टोरी सुनाओ जिहड़े वड के सी। हां जी, तुहानू मैं अगे दस्सिया जिला जलंधर। हां हां, रियासत कपूरथला। ठीक हो गया जी। मंड असलमपुर ते बाकरपुर दो पिंडा च रखदा सी। अच्छा जी, असल असीं उत्थों दे आ। अच्छा, इत्थे साडी बरादरी सी। हां हां, ओ इक बीमारी पई। अच्छा जी, ते दादा मेरा रहंदा सी बोदल वाले। अच्छा जी, बोदल खां मेरे दादे दा दादा सी जिन्हें आप दे नाम ते पिंड दा नाम बोदल वाला रखिया। अच्छा ठीक ठीक, ते एक बीमारी पई ना। हां जी, बोदल वाले रहंदे सी ते बीमारी च मेरी दादी मर गई। अच्छा जी, दादे आख्या बच्चे मार लू सारे, ओ इथों जू चलिया ते जिला सार चलिया गया। अच्छा जी, बेलियां सजना को। अच्छा, ओथे रिया, ਉਥੋਂ ਫਿਰ ਜਿਸੇ ਬੱਚੇ ਤਕੜੇ ਹੋਏ, ਜਵਾਨ ਹੋਏ, ਉਹਨਾਂ ਦੀਆਂ ਸ਼ਾਦੀਆਂ ਕਰਕੇ ਫਿਰ ਇਸ ਸਾਡੇ ਨਾਨਕਿਆਂ ਦੇ ਪਿੰਡ ਚ ਆ ਗਿਆ। ਦੇਵੀ ਵਾਲੇ ਆ ਗਏ ਜੀ? ਅੱਛਾ, ਨਾਨਕਿਆਂ ਦੇ ਪਿੰਡ ਚ ਆ ਗਿਆ, ਫਿਰ ਇੱਥੇ ਆ ਕੇ ਕਹਿੰਦਾ ਤੁਹਾਡੇ ਸਹੁਰੇ ਆ ਨਾਨਕੇ ਵਾਲਾ, ਤੁਸੀਂ ਜਾਣੋ ਤੁਹਾਡਾ ਕੰਮ ਜਾ। ਠੀਕ ਹੋ ਗਿਆ। ਅੱਛਾ ਤੁਸੀਂ ਬਿਆਸ ਦੀ ਗੱਲ ਕਰਦੇ ਸੀ, ਬਿਆਸ ਨੇ ਕਿਹੜੀ ਜ਼ਮੀਨ ਕਿਹੜੀ ਆ ਤੁਹਾਡੀ ਸੀ? ਹਾਂਜੀ, ਉਹ ਕਿਹੜੀ ਬਾਕਰ ਵਾਲਾ ਅਸਲਮਪੁਰ ਕਿਹੜਾ ਸੀ? ਉਹ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡੇ ਵਾਡੀ ਕਿਹੜੀ ਜ਼ਮੀਨ। ਹਾਂਜੀ, ਅੱਛਾ ਤੇ ਉਹ ਕਿੱਦਾਂ, ਉਹ ਫਿਰ ਕਿੱਦਾਂ ਦਰਿਆਪੁਰ ਤੋਂ ਆਏ? ਵੈਸੇ ਨੇ ਢਾਲੀ। ਅੱਛਾ ਜੀ, ਉਹ ਢਾਲੀ ਤਾਂ ਉੱਥੋਂ ਉੱਠੇ ਨਾ ਫਿਰ। ਅੱਛਾ, ਆ ਉੱਥੋਂ ਉੱਠ ਕੇ ਤੇ ਬਰਾਦਰੀ ਕੋਲੇ ਆ ਬੈਠੇ। ਅੱਛਾ, ਬਰਾਦਰੀ ਕੋਲੇ ਬੈਠਿਆ ਹੋਇਆ, ਇੱਥੇ ਰਾਜਿਆਂ ਦਾ ਦੌਰ ਸੀ। ਹਾਂ, ਤੇ ਸ਼ਿਕਾਰੀ ਚਾਹੀਦਾ ਸੀ। ਅੱਛਾ ਜੀ, ਮੇਰਾ ਦਾਦਾ ਸੀ ਬੜਾ ਸ਼ਿਕਾਰੀ। ਹਾਂ ਹਾਂ, ਸ਼ਿਕਾਰ ਦਿਖਾਇਆ। ਹਾਂ ਹਾਂ, ਰਾਜੇ ਨੇ ਇਨਾਮ ਦਿੱਤਾ ਪਿੰਡ। ਅੱਛਾ, ਹਾਂਜੀ ਠੀਕ, ਪਿੰਡ ਦੇ ਕੇ ਤੇ ਫਿਰ ਰਾਜਾ ਮੁਕਰ ਗਿਆ। ਫਿਰ ਰਾਜੇ ਕੋਲ ਲਿਆ ਪਿੰਡ। ਅੱਛਾ ਜੀ, ਪਿੰਡ ਲੈ ਕੇ, ਪਿੰਡ ਦਾ ਕਬਜ਼ਾ ਲੈ ਕੇ, ਜਿਹੜੀ ਬਰਾਦਰੀ ਸੀ ਉਹਨਾਂ ਨੂੰ ਸੱਜਿਆ ਸੱਜ ਕੇ ਸਾਰਿਆਂ ਨੂੰ ਪਿੰਡ 'ਚ ਬਾ ਲਿਆ। ਅੱਛਾ, ਫਿਰ ਤੁਸੀਂ ਇੱਥੇ? ਫਿਰ ਵੱਢ ਕੇ ਮਰ ਗਏ, ਜਿਹਨਾਂ 'ਚੋਂ ਦੋ ਰਹਿ ਗਏ। ਅੱਛਾ ਜੀ, ਬੋਦਲ ਖਾਂ ਤੇ ਮਲੰਗ ਖਾਂ। ਠੀਕ ਹੋ ਗਿਆ ਜੀ, ਬੋਦਲ ਖਾਂ ਛੋਟਾ ਸੀ, ਮਲੰਗ ਖਾਂ ਵੱਡਾ ਸੀ। ਠੀਕ ਹੋ ਗਿਆ ਜੀ, ਵੱਡੇ ਭਰਾ ਨੇ ਆਖਿਆ ਮੇਰੇ ਨਾਲ ਨੰਬਰਦਾਰੀ ਹੋਣੀ ਹੈ ਤੇ ਤੂੰ ਪਿੰਡ ਦਾ ਨਾਂ ਆਪ ਦੇ ਨਾਂ ਤੇ ਰੱਖ। ਠੀਕ ਹੋ ਗਿਆ, ਉਹਨੇ ਆਪਦੇ ਨਾਂ ਤੇ ਪਿੰਡ ਦਾ ਨਾਂ ਬੋਦਲ ਵਾਲਾ ਰੱਖ ਲਿਆ। ਉਹਨੂੰ ਨੰਬਰਦਾਰੀ ਮਿਲਦੀ ਵੱਡੀ, ਉਹਨੂੰ ਨੰਬਰਦਾਰੀ ਮਿਲਦੀ। ਆ ਫਿਰ ਇੱਧਰ ਆ ਗਏ, ਇੱਧਰ ਆ ਗਏ। ਅੱਛਾ ਨਹੀਂ, ਇਸ ਤੋਂ ਪਹਿਲੇ ਤੁਸੀਂ ਦੱਸਦੇ ਸੀ ਲੁਧਿਆਣੇ ਚਲੇ ਗਿਆ ਸੀ ਫਿਰ? ਹਾਂਜੀ, ਲੁਧਿਆਣੇ ਚਲੇ ਗਿਆ ਸੀ। ਇਹ ਲੁਧਿਆਣੇ ਦੀ ਗੱਲ ਕਰਦਾ ਮੈਂ, ਜਲੰਧਰ ਤੋਂ ਤੁਸੀਂ ਤੁਹਾਡੇ ਵੱਡੇ ਲੁਧਿਆਣੇ ਚਲੇ ਗਏ? ਜਲੰਧਰ ਸੀ ਪਹਿਲੇ। ਹਾਂਜੀ, ਜਲੰਧਰ ਤੋਂ ਇਹ ਆ ਗਏ ਲੁਧਿਆਣਾ। ਹਾਂਜੀ, ਲੁਧਿਆਣਾ ਤਹਿਸੀਲ ਜਗਰਾਵਾ। ਠੀਕ ਹੋ ਗਿਆ ਜੀ, ਤੇ ਪਿੰਡ ਬੋਦਲ ਵਾਲਾ। ਠੀਕ ਹੋ ਗਿਆ, ਉੱਥੇ ਆ ਗਿਆ। ਉਹ ਪਿੰਡ ਬੋਦਲ ਵਾਲਾ ਮੇਰੇ ਦਾਦੇ ਨੇ ਫਿਰ ਨਿਸ਼ਾਨਾ ਲਾ ਕੇ ਲਿਆ ਤੇ ਵਿੱਚ ਆਬਾਦ ਹੋਏ ਨਾ, ਫਿਰ ਉੱਥੇ ਆਬਾਦ ਹੋ ਗਏ। ਠੀਕ ਹੋ ਗਿਆ। ਅੱਛਾ, ਤੇ ਤੁਹਾਡੇ ਪਿੰਡ 'ਚ ਮਸੀਤਾਂ ਸੀਗੀਆਂ ਜੀ?
ਜਿਹੜਾ ਨਾ ਬੋਦਲ ਵਾਲਾ ਹਾਂਜੀ ਉਹ ਮੈਂ ਨਹੀਂ ਵੇਖਿਆ। ਅੱਛਾ ਨਹੀਂ ਕਿੱਥੋਂ ਤੁਸੀਂ ਇੱਥੇ ਆਏ ਆ ਪਾਕਿਸਤਾਨ? ਆਏ ਹੈਗੇ ਆ ਦੇਵੀ ਵਾਲਿਆਂ, ਦੇਵੀ ਵਾਲੇ ਫਰੀਦਕੋਟ ਤੋਂ। ਹਾਂਜੀ ਇੱਥੇ ਮਸਜਿਦ ਆਏ ਸੀ, ਹੈਗੀ ਸੀ ਤੇ ਸਰਦਾਰਾਂ ਦੇ ਗੁਰਦੁਆਰੇ ਵੀ ਸੀਗੇ। ਹੈਗਾ ਸੀ ਗੁਰਦੁਆਰਾ ਵੀ ਉਹਨਾਂ ਦਾ ਗੁਰਦੁਆਰਾ ਵੀ ਸੀਗਾ। ਠੀਕ ਹੋ ਗਿਆ। ਤੇ ਆਪਸ ਕੋਈ ਉੱਥੇ ਲੜਾਈ ਫੱਡਾ ਬਕਰਾਈ ਤੇ ਜਾਂ ਕੋਈ? ਕੋਈ ਲੜਾਈ ਤੇ ਤੁਸੀਂ ਕਰ ਲੈਂਦੇ ਸੀਗੇ ਆਪਣਾ? ਨਹੀਂ ਗਾਈ ਗੂਈ ਨਹੀਂ ਕਰਦੇ ਸੀ, ਨਹੀਂ ਕਰਦੇ ਸੀ, ਬੱਕਰਾ ਛਤਰਾ ਕਰਦੇ ਸੀ ਤੇ ਨਾ ਅਸੀਂ ਗਾਈ ਕਰਦੇ ਸੀ ਤਾਂ ਨਾ ਕਦੇ ਉਹਨਾਂ ਨੇ ਉਹਦਾ ਲਿਆ ਕੇ ਖਾਧਾ। ਅੱਛਾ ਉਹਨਾਂ ਨੇ ਵੀ ਨਹੀਂ ਖਾਂਦੇ? ਠੀਕ। ਅੱਛਾ ਤੇ ਉੱਥੇ ਬਾਕੀ ਕਿਹੜੇ ਮੇਲੇ ਛੇਲੇ ਕੋਈ ਹੁੰਦੇ ਸੀ ਤੁਹਾਡੇ ਉੱਥੇ ਜੀ? ਕਿਹਦੇ ਕਿਹੜਾ ਸੀ ਮੇਲਾ ਜੀ? ਮਰਾਣਾ, ਮਰਾਣਾ ਹੁੰਦਾ ਸੀ ਜ਼ਖੀਰੇ ਦੇ ਵਿੱਚ। ਅੱਛਾ ਜੀ, ਮਰਾਣੇ ਵਾਲਾ ਮੇਲਾ ਲੱਗਦਾ ਹੁੰਦਾ ਸੀ ਪਹਿਲੀ ਵਿਸਾਖ ਦੀ, ਵਿਸਾਖੀ ਚ। ਅੱਛਾ ਜੀ। ਅੱਛਾ ਤੇ ਮੇਲੇ ਦੇ ਵੀ ਸਾਰੇ ਸਰਦਾਰ ਤੇ ਤੁਸੀਂ ਮੁਸਲਮਾਨ ਹਿੰਦੂ ਸਾਰੇ ਜਾਂਦੇ ਸੀਗੇ? ਸਾਰੇ ਜਾਂਦੇ, ਬੜੇ ਆਰਾਮ ਨਾਲ ਅਮਨ ਨਾਲ ਰਹਿੰਦੇ ਸੀ ਉੱਥੇ। ਤੇ ਉੱਥੇ ਕੋਈ ਗਵਈਏ ਸ਼ਵਈਏ ਕੋਈ ਤੁਹਾਡੇ ਕੋਈ ਡੱਪੀਆਂ ਹੁੰਦਾ ਸੀ? ਇੱਕ ਹੁੰਦਾ ਸੀ ਸਦੀਕ। ਅੱਛਾ ਜੀ। ਉਹਦਾ ਸ਼ਗਿਰਦ ਸੀ ਟੁੰਡਾ। ਅੱਛਾ ਜੀ। ਹਜਲਾ। ਅੱਛਾ ਜੀ। ਉਹ ਦੋ ਗਾਉਂਦੇ ਹੁੰਦੇ, ਉਹ ਦੋ ਗਾਉਂਦੇ ਸੀ। ਅੱਛਾ ਠੀਕ। ਅੱਛਾ ਬਾਬਾ ਜੀ, ਆਹ ਤਾਂ ਹੋ ਗਿਆ ਤੁਹਾਡੀ ਉੱਥੇ ਤੁਸੀਂ ਅਮਨ ਨਾਲ ਰਹਿੰਦੇ ਸੀ, ਇਕੱਠੇ ਭਾਈਚਾਰੇ ਨਾਲ ਰਹਿੰਦੇ ਸੀਗੇ, ਮੁਸਲਮਾਨ ਸਿੱਖ ਹਿੰਦੂ। ਬਿਲਕੁਲ ਅਮਨ। ਅੱਛਾ ਤੇ ਪਾਕਿਸਤਾਨ ਦਾ ਐਲਾਨ ਹੋ ਗਿਆ ਕਿ ਜੀ ਹੁਣ ਪਾਕਿਸਤਾਨ ਬਣ ਗਿਆ, ਫਿਰ ਕੀ ਹੋਇਆ ਜੀ? ਪਾਕਿਸਤਾਨ ਦਾ ਐਲਾਨ ਹੋ ਗਿਆ। ਹਾਂਜੀ। ਜਿਹੜੇ ਬਾਹਰ ਦੇ ਸਿੱਖ ਹਨ, ਹਾਂਜੀ, ਉਹ ਜਥੇ ਬੰਦ ਬਣ ਕੇ ਆਉਂਦੇ ਰਹੇ ਸਾਡੇ ਪਿੰਡ ਤੇ ਹਮਲਾ ਕਰਨ ਵਾਲੇ। ਅੱਛਾ ਜੀ। ਹੁਣ ਪਿੰਡ ਵਾਲੇ ਸਿੱਖ ਕੀ ਕਰਨ ਵਿਚਾਰੇ? ਹੈਂ, ਇੱਕ ਅਸੀਂ ਜੱਥੇ ਨੂੰ ਮੋੜ ਦਿੱਤਾ 200 ਰੁਪਇਆ ਦੇ ਕੇ ਵੀ ਜਾ ਕੇ ਸ਼ਰਾਬ ਪੀਂਦੇ, ਫਿਰ ਉਹ ਤੁਹਾਡੇ ਬੰਦੇ ਵੀ ਮਰਨਗੇ ਤੇ ਸਾਡੇ ਵੀ ਮਰਨਗੇ। ਅੱਛਾ, ਉਹ ਮੋੜ ਗਏ। ਅੱਛਾ ਜੀ। ਦੂਜਾ ਹੋਰ ਇਧਰੋਂ ਸ਼ਾਮ ਵੇਲੇ ਆ ਗਿਆ, ਇਹਨਾਂ ਆਖਿਆ ਹੁਣ ਪੈਸੇ ਦੇ ਕੇ ਕਿਹਨੂੰ ਕਿਹਨੂੰ ਮੋੜਾਂਗੇ। ਐਲਾਨ ਕਰਤਾ ਵੀ ਜੋ ਪੱਕ ਬੰਨ ਮੁੰਡਾ ਸੋਟਾ ਚਲਾਉਣ ਵਾਲਾ ਆਪਦਾ ਹਥਿਆਰ ਲੈ ਕੇ ਬਾਹਰ ਆ। ਅੱਛਾ ਅੱਛਾ ਜੀ। ਬਾਹਰ ਆ ਜਾ। ਅੱਛਾ ਜੀ। ਬਾਹਰ ਨਿਕਲਿਆ, ਫਿਰ ਅਸੀਂ ਉਹਨਾਂ ਸਿੱਖਾਂ ਨੂੰ ਭਜਾਇਆ। ਅੱਛਾ ਜੀ। ਹਾਂ, ਭਜਾ ਕੇ ਫਿਰ ਅਸੀਂ ਆਖਿਆ ਹੁਣ ਅੱਜ ਰਾਤ ਨੂੰ ਆਪਾਂ ਨੂੰ ਮਿਲਟਰੀ ਕੋਲ। ਅੱਛਾ ਜੀ। ਤੇ ਅਸੀਂ ਉੱਥੋਂ ਉੱਠੇ ਦੇਵੀ ਵਾਲੋਂ ਉੱਠ ਕੇ ਤੇ ਕੋਈ 2-2.5 ਕਿਲੋਮੀਟਰ ਤੇ ਆਏ ਸੀ ਕੋਟ ਕਪੂਰਾ। ਅੱਛਾ ਅੱਛਾ ਜੀ। ਫਿਰ ਉੱਥੇ ਆ। ਅੱਛਾ, ਉੱਥੇ ਕੈਂਪ ਲੱਗ ਗਿਆ ਜੀ? ਉੱਥੇ ਰਾਤ ਰਹੇ ਅਸੀਂ ਬਾਹਰ ਹੀ। ਅੱਛਾ ਜੀ। ਕਰਫਿਊ ਲੱਗਾ ਹੋਇਆ ਸੀ। ਅੱਛਾ। ਰਾਤ ਬਾਹਰ ਰਹੇ ਆ ਤੇ ਸਵੇਰ ਅਸੀਂ ਕੈਂਪ ਚਲੇ ਗਏ। ਕੈਂਪ ਚ ਚਲੇ ਗਏ, ਮਾਰਵੜ ਤੋਂ ਬਚ ਗਏ ਜੀ। ਤੇ ਆਪਣਾ ਸਮਾਨ ਸਮੂਨ ਮਾਲ ਕਿਹੜਾ ਡੰਗਰ ਸੀਗਾ ਜੀ? ਕਾਈ ਸ਼ੈ ਵੀ ਨਹੀਂ ਲੈ ਕੇ ਚੁੱਕੇ, ਸਿਰਫ ਸਾਖੀ ਸੀਆਂ ਮੋਢੇ ਤੇ। ਅੱਛਾ ਜੀ। ਜਾਂ ਕਿਸੇ ਨੇ ਕੋਈ ਸੇਰ ਆਟਾ ਪਾ ਲਿਆ, ਸੋਨਾ ਚੱਕ ਲਿਆ, ਚਾਂਦੀ ਚੁੱਕ ਲਈ ਆ, ਪੈਸੇ ਚੁੱਕ ਲਈ, ਬਸ ਬਸ ਮਾਲ ਡੰਗਰ ਛੱਡ ਦਿੱਤਾ ਉੱਥੇ। ਹਾਂ, ਸ਼ੈ ਛੱਡ। ਕਿੱਥੇ ਉੱਥੇ ਦੇ ਮਾਲਕ ਸੀਗੇ? ਹੈਂ, ਇਕੱਠੇ ਰਹਿੰਦੇ ਸੀ ਆਰਾਮ ਨਾਲ ਅਮਨ ਨਾਲ, ਤੇ ਉਹ ਸਾਰਾ ਛੱਡਣਾ ਪਿਆ ਜੀ। ਅੱਛਾ, ਫਿਰ ਉੱਥੋਂ ਤੁਸੀਂ ਕਦੋਂ ਕੈਂਪ ਤੁਹਾਡਾ ਲੱਗ ਗਿਆ? ਅਸੀਂ ਆ ਗਏ ਕੋਟ ਕਪੂਰੇ 2.5 ਮੀਲਾਂ ਤੇ। ਅੱਛਾ ਜੀ। ਉੱਥੋਂ ਫਿਰ ਇਹਨਾਂ ਸਿੱਖਾਂ ਨੇ ਕੋਈ ਆਪ ਦਾ ਸਲਾਹ ਕੀਤੀ ਵੀ ਇਹਨਾਂ ਨੂੰ ਮਾਰੀਏ। ਅੱਛਾ ਜੀ। ਸਾਨੂੰ ਮਾਰਨ ਵਾਸਤੇ ਸਿੱਖਾਂ ਨੇ ਕੱਢਿਆ ਜਿਹੜੀ ਸੜਕ ਆਉਂਦੀ ਨਾ ਕੋਟ ਕਪੂਰੇ ਸਿੱਧੀ ਪਾਕ ਪਤਨ। ਅੱਛਾ ਜੀ। ਪਾਕ ਪਤਨ ਨੂੰ ਆਉਂਦੀ ਸਿੱਧੀ ਸੜਕ। ਅੱਛਾ ਜੀ। ਉਹ ਸੜਕ। ਅੱਛਾ ਜੀ। ਉਹ ਸੜਕ ਤੇ ਕੱਢਿਆ ਤੇ ਅੱਗੋਂ ਰੱਬੀ ਸਬੱਬੀ 5 ਫੌਜੀ। ਅੱਛਾ ਜੀ। ਪਾਕਿਸਤਾਨੀ। ਅੱਛਾ ਜੀ, ਪਾਕਿਸਤਾਨ ਆਰਮੀ ਦੇ? ਹਾਂ ਜੀ, ਆਰਮੀ ਦੇ। ਅੱਛਾ। ਰਸਤਾ ਵੇਖਣ ਵਾਸਤੇ ਜਾਂਦੇ ਜੋ ਇਸ ਰਸਤੇ ਦੇ ਆਈਏ ਕਿ ਉਹ ਜਾਈਏ। ਅੱਛਾ ਜੀ। ਅੱਗੋਂ ਸਾਡਾ ਕਾਫਲਾ ਆਉਂਦਾ। ਅੱਛਾ ਜੀ। ਮੈਂ ਕਿਹਾ ਤਾਂ ਮਾਰਨ ਵਾਸਤੇ ਕੱਢੀ ਲਿਆਉਂਦੇ। ਅੱਛਾ। ਉਹਨਾਂ ਨੇ ਸਾਨੂੰ ਦੱਸਿਆ ਵੀ ਉਹ ਨਿਸ਼ਾਨ ਹੈਗਾ ਅੰਗਰੇਜ਼ੀ ਰਿਆਸਤ ਦਾ ਤੇ ਰਿਆਸਤ ਦਾ। ਅੱਛਾ ਜੀ। ਉਸ ਤੋਂ ਗਾਹ ਉਹਨਾਂ ਨੇ ਅਸੀਂ ਰੋਟੀ ਖਾ ਕੇ ਆਏ। ਅੱਛਾ ਜੀ। ਉਹ ਰੋਟੀ ਖਾ ਕੇ ਆ ਗਏ ਅੱਗੇ। ਅੱਛਾ। ਉਹਨਾਂ ਕਲਮਾ ਪੜਾਇਆ, ਨਾਰਾ ਲਵਾਇਆ, ਐਲਾਨ ਕੀਤਾ ਵੀ ਅਗਰ ਹਮਲਾ ਹੋ ਜਾ ਵੀ ਆਪਣੇ ਤੇ ਤੁਸੀਂ ਭੱਜਣਾ ਨਹੀਂ, ਸੜਕ ਦੇ ਦੁਆਲੇ ਲੰਮੇ ਪੈ ਜਾਓ, ਅਸੀਂ ਜਾਣੀਏ ਤੇ ਸਿੱਖ ਜਾਣ। ਅੱਛਾ ਜੀ। ਅਸੀਂ ਫਿਰ ਉੱਥੇ ਤੁਰੇ ਹਾਂ ਜਨਾਬ, ਰਾਹ ਦੇ ਵਿੱਚ ਇੱਕ ਥਾਂ ਦੇ ਉੱਤੇ ਸਿੱਖਾਂ ਨੇ ਦੋਵਾਂ ਨੇ ਉੱਤੇ ਚੜ੍ਹ ਕੇ ਵਣ ਦੇ ਉੱਤੇ। ਅੱਛਾ। ਉਹ ਵਣ ਚੁੱਕਿਆ ਹੋਇਆ ਸੀ ਸੜਕ ਦੇ ਉੱਤੇ ਪੱਕੀ ਤੇ। ਅੱਛਾ ਜੀ। ਉਹਨਾਂ ਨੇ 2 ਗ੍ਰਨੇਡ ਸੱਟੇ। ਅੱਛਾ, ਤੁਹਾਡੇ ਕਾਫਲੇ ਤੇ? ਕਾਫਲੇ ਤੇ ਅਗਲੇ ਪਾਸੇ। ਅਗਲੇ ਪਾਸੇ ਮੇਜਰ ਸਾਹਿਬ ਜਾ ਰਿਹਾ ਸੀ। ਉਹਦੇ ਵਿੱਚ 7 ਬੰਦੇ ਉੱਥੇ ਸ਼ਹੀਦ ਹੋ ਗਏ, ਉਹ ਗ੍ਰਨੇਡ ਨਾਲ ਜੀ, ਗ੍ਰਨੇਡਾਂ ਨਾਲ। ਅੱਛਾ। ਤੇ ਬਾਕੀ ਉਹ ਸਿੱਖ ਮਾਰ ਦਿੱਤੇ। ਉਹ ਆਰਮੀ ਵਾਲੇ ਨੂੰ ਮਾਰਦੇ? ਆਰਮੀ ਵਾਲੇ ਨੇ ਦੋਵੇਂ ਸਿੱਖ ਮਾਰ ਦਿੱਤੇ। ਅੱਛਾ। ਉੱਥੋਂ ਅਸੀਂ ਚੱਲੇ ਮੁਕਤਸਰ ਆ ਗਏ। ਮੁਕਤਸਰ ਆ ਗਏ? ਅੱਛਾ। ਮੁਕਤਸਰ ਆ ਕੇ ਉੱਥੇ ਅਸੀਂ ਰਹਿੰਦੇ 2 ਰਾਤ। ਅੱਛਾ ਜੀ। ਉਹ ਨਵਾਬ ਸੀ ਜਲਾਲਾਬਾਦੀਆ, ਉਹਦਾ ਰੂਮ ਦਾ ਕਾਰਖਾਨਾ ਸੀ, ਵੱਡੀ ਵੱਡੀ ਕੰਧ ਸੀ। ਅੱਛਾ ਜੀ। ਇੱਕ ਬੂਹਾ ਸੀ, ਉਹਦੇ ਵਿੱਚ ਅਸੀਂ 2 ਰਾਤਾਂ ਰਹੇ। ਅੱਛਾ ਜੀ। ਉਦੋਂ ਬਾਅਦ ਫਿਰ ਉਹਨਾਂ ਨੇ ਆਰਮੀ ਹੋਰ ਮੰਗਾ ਲਈ। ਅੱਛਾ ਜੀ। ਨਾਲੇ ਗੱਡੀ ਮੰਗਾ ਲਈ ਜਿਹੜੀ ਨਹੀਂ ਤੁਰਨ ਵਾਲੇ, ਉਹਨਾਂ ਨੂੰ ਲਾਹੌਰ ਪਹੁੰਚਾਈ।
अच्छा गड्डी दे विच नहीं टुरन वाले सी वह बह के पहले ही आ गए ते असी पंजवें छेवें दिन कसूर आके पहुंचे जलालाबाद तो तुसी पांच दिन बाद छेवां दिन बाद कसूर आ गए जी। अच्छा कसूर आ गए तो इतने ऐलान हो गया भी आ पाकिस्तान बन गया जिधर मर्जी चले जाओ गड्डियां चढ़ जाओ लारियां चढ़ जाओ असि उ जिमें जिम्मे कोई बरादरी सी सू अस अच्छा बाबा जी उत्थे ते राजपूत पट्टी किदा तुसी दसे आ ते तुहाडे तो अलावा होर केड़ी मुसलमान कौम सीगे बरादरी होर कोई कमी कबाड़ आई सी होर अच्छा काम वाले काने वाले सीगे बाकी सारे ओही सीगे राजपूत पट्टी। अच्छा तो उत्थो फिर तुसी किदा इत्थे किदा पहुंचे ठठे जी उत्थो जनाब असी आ के साडी रिश्तेदारी आ 39-40 हारनियां आया हां जी है ठीक हो गया उत्थे मेरी भैन भी व्याई मेरे भरा भी व्याए हुए ओ पहले दे इत्थे रहंदे होने पहले अच्छा उन्हां कोई आ गए कसूर तो तुसी फिर 39 हारनियां आ गए इत्थे आ गए अच्छा ते बाकी तुहाडी बरादरी केड़ी उत्थे सीगे सारे इत्थे आ गए जिवें कोई इत्थे आ गए कोई एक चक होर बरादरी दा 27 चक 27-2L अच्छा जी कुआड़े तो परां ਕੋਈ ਉਧਰ ਚਲੇ ਗਏ ਅੱਛਾ ਜੀ ਕੋਈ ਵਿਹੜੀ ਚਲੇ ਗਏ ਅੱਛਾ ਜੀ ਇਸ ਤਰ੍ਹਾਂ ਖੰਡ ਪੋਲ ਅੱਛਾ ਤੇ ਫਿਰ ਤੁਸੀਂ ਹਾਰਨੀਆਂ ਤੋਂ ਇੱਥੇ ਕਿਦਾਂ ਆਏ ਇੱਥੇ ਅਸੀਂ ਆਏ ਆ ਸਾਨੂੰ ਆ ਜਿਹੜੀਆਂ ਜ਼ਮੀਨਾਂ ਕਲੇਮ ਪਏ ਤੁਹਾਨੂੰ ਫਿਰ ਕਲੇਮ ਪਏ ਆ ਤੇ ਕਲੇਮ ਤੁਹਾਨੂੰ ਜਿੰਨੀ ਜ਼ਮੀਨ ਉਧਰ ਸੀਗੀ ਉਸ ਤੋਂ ਜ਼ਿਆਦਾ ਮਿਲ ਗਈ ਜਾਂ ਉਨੀ ਕੁ ਮਿਲ ਗਈ ਜੀ ਉਧਰ ਸਾਡੀ ਜ਼ਮੀਨ ਇਹ ਜ਼ਮੀਨ ਹੈਗੀ ਹੈ 62 ਯੂਨਿਟ ਦੀ ਠੀਕ ਹੋ ਗਿਆ ਸਾਡੀ ਜ਼ਮੀਨ ਸੀ ਉਧਰ 10 ਯੂਨਿਟ ਠੀਕ ਹੋ ਗਿਆ 6 ਕਿੱਲਿਆਂ ਦਾ 1 ਕਿੱਲਾ ਸਾਨੂੰ ਅਸਲ ਚ ਜ਼ਰਖੇਜ਼ ਜ਼ਮੀਨ ਸੀ ਨਾ ਨਵੀਂ ਜ਼ਮੀਨ ਸੀਗੀ ਆਬਾਦ ਕੀਤੀ ਇਹਨਾਂ ਨੇ ਬਿਲਕੁਲ ਬਿਲਕੁਲ ਅੱਛਾ ਫਿਰ ਤੁਸੀਂ ਇੱਥੇ ਆ ਗਏ ਠੱਠੇ ਮਾਤਮ ਆ ਗਏ ਚੰਨੂ ਮਾਤਮ ਚੰਨੂ ਮਾਤਮ ਕਦੋਂ ਚੰਨੂ ਮਾਤਮ ਤੁਸੀਂ ਆਏ ਆ ਇੱਥੇ ਉਹ ਮਾਤਮ ਹੈਗੇ ਸੀ ਸਰਦਾਰ ਕਿ ਚਲੇ ਗਏ ਕੋਈ ਜੀ ਕੁਛ ਅੱਛਾ ਤੇ ਫਿਰ ਤੁਹਾਨੂੰ ਘਰ ਕਿਹੜੇ ਖਾਲੀ ਮਿਲੇ ਜਾਂ ਘਰਾਂ 'ਚ ਕੋਈ ਚੀਜ਼ਾਂ ਸੀਗੀਆਂ ਕੀ ਸੀ ਖਾਲੀ ਖਾਲੀ ਉਹ ਕਿੱਧਰ ਗਿਆ ਸਮਾਨ ਉਹਨਾਂ ਦਾ ਕਿੰਨਾ ਦਾ ਲੁੱਟ ਲਿਆ ਮੁਸਲਮਾਨਾਂ ਨੇ ਇਹਨਾਂ ਦੀ ਲੋਟੀ ਪੈ ਗਈ ਹੈ ਹੋਰ ਇਹ ਨਾਲ ਦੇ ਕਿਹੜੇ ਸੀ ਲੋਕ ਜਾਂ ਇੱਥੇ ਲੋਕਲ ਸੀ ਉਹ ਲੈ ਗਏ ਸਭ ਕੁਛ ਮਾਜਰਾ ਨੂੰ ਕੁਛ ਨਹੀਂ ਮਿਲਿਆ ਜੀ। ਅੱਛਾ ਤੁਸੀਂ ਕਦੋਂ ਆਏ ਇੱਥੇ ਇਹਨਾਂ ਦੇ ਗੁਰਦੁਆਰਾ ਜਾਂ ਕੋਈ ਮੰਦਿਰ ਇੱਥੇ ਸੀਗੇ ਜੀ ਗੁਰਦੁਆਰਾ ਹੈਗਾ ਸੀ ਜੀ ਹੈਗਾ ਅਜੇ ਵੀ ਹੈਗਾ ਹਜੇ ਵੀ ਹੈਗਾ ਉਹ ਇੱਕ ਗੁਰਦੁਆਰਾ ਇੱਕ ਤਾਂ ਬੜਾ ਸਜਾਵਟ ਨਾਲ ਬਣਾਇਆ ਹੁੰਦਾ ਨਾ ਨਹੀਂ ਉਹ ਮਕਾਨ ਦਾ ਮਕਾਨ ਅੱਛਾ ਇੱਕ ਕਮਰਾ ਸੀਗਾ ਹਾਲ ਜਿਹਾ ਉੱਥੇ ਇਬਾਦਤ ਕਰਦੇ ਹੋਣਗੇ ਆਪਣੀ ਹਾਂਜੀ ਠੀਕ ਹੋ ਗਿਆ ਤੇ ਬਾਬੇ ਕੀ ਹੁਣ ਕਦੀ ਪਿੰਡ ਯਾਦ ਆਇਆ ਤੁਹਾਨੂੰ ਸਾਨੂੰ ਹਾਂਜੀ ਪਿੰਡ ਆਉਂਦਾ ਯਾਦ ਮੈਂ ਮੱਕਾ ਵੇਖ ਆਇਆ ਮਦੀਨਾ ਵੇਖ ਆਇਆ ਹਿੰਦੁਸਤਾਨ ਵੇਖ ਲਿਆ ਸਾਰਾ ਕੁਝ ਵੇਖ ਲਿਆ ਮਸਲੇ ਮਸਾਇਲ ਸਾਰੇ ਪੁੱਛ ਲਿਆ ਤੂੰ ਨਹੀਂ ਤੁਹਾਡਾ ਕਿਹੜਾ ਪਿੰਡ ਸੀ ਜਿੱਥੇ ਤੁਸੀਂ ਰਹਿੰਦੇ ਸੀਗੇ ਪਾਕਿਸਤਾਨ ਬਣਨ ਤੋਂ ਪਹਿਲਾਂ ਕਿੱਥੇ ਬਚਪਨ ਗੁਜ਼ਰਿਆ ਹੋਵੇ ਤੁਸੀਂ 14-15 ਸਾਲ ਦੇ ਕਿਹਾ ਸੀ ਯਾਦ ਤਾਂ ਆਉਂਦਾ ਹੈ ਹੈ ਯਾਦ ਤਾਂ ਆਉਂਦਾ ਹੈ ਅੱਛਾ ਬਾਕੀ ਇੱਕ ਚੀਜ਼ ਹੈਗੀ ਹੈ ਵੀ ਹੁਣ ਸਾਡਾ ਵਕਤ ਨਹੀਂ ਜਾਂਦਾ ਉਮਰ ਜ਼ਿਆਦਾ ਹੋ ਗਈ ਉਮਰ ਜ਼ਿਆਦਾ ਤੇ ਬੇਲੀ ਬੋਲੀ ਵੀ ਯਾਦ ਹੁੰਦੇ ਆ ਬੇਲੀ ਬੋਲੀ ਬਸ ਹੈਗੇ ਸੀ ਜਿਹੜੇ ਉਹ ਤਾਂ ਮਰ ਗਏ ਹੋਣੇ ਆ ਨਹੀਂ ਤੁਸੀਂ ਹੈਗੇ ਤਾਂ ਹੋ ਸਕਦਾ ਉਹ ਵੀ ਹੋਣ ਸ਼ਾਇਦ ਕੋਈ ਹੋਵੇ ਤਾਂ ਨਹੀਂ ਤੁਸੀਂ ਮਾਸ਼ਾਅੱਲਾ ਹੈਗੇ ਆ ਨਾ ਇਦਾਂ ਉਹ ਵੀ ਹੋਣਗੇ ਅੱਛਾ ਮੇਰੇ ਨਾਲ ਦਾ ਸਾਡੇ ਮਾਜਰਾਂ ਦੇ ਵਿੱਚੋਂ ਮੁਸਲਮਾਨਾਂ ਚੋਂ ਕੋਈ ਨਹੀਂ ਰਹਿ ਗਿਆ ਬਾਬਾ ਜੀ ਮੈਂ ਨਾ ਅੱਗੇ ਵੀ ਗੱਲ ਕਰਦਾ ਹੁੰਦਾ ਆਪਣੀ ਵੀਡੀਓ 'ਚ ਕਿੰਨੀ ਤੁਹਾਡੀ ਉਮਰ ਆ ਨਾ ਮਾਸ਼ਾਅੱਲਾ ਇੰਨੀ ਮੇਰੇ ਵਾਲਿਦ ਸਾਹਿਬ ਦੀ ਉਮਰ ਆ ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ ਤੁਹਾਨੂੰ ਵੀ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਉੱਥੇ ਇੰਡੀਆ ਦੇਖ ਆਈਏ ਉੱਥੇ ਕੌਣ ਹੋਣਾ ਨਾਲ ਦੇ ਮਰ ਗਏ ਉਹਨੇ ਸਾਰੇ ਉਹ ਮੈਂ ਉਹਨਾਂ ਦੀ ਗੱਲ ਕਰਾਈ ਉਹਨਾਂ ਦੇ ਕਲਾਸ ਫੈਲੋ ਨਾਲ ਉਹ ਵੀ ਹੈਗਾ ਜ਼ਿੰਦਾ ਮਾਸ਼ਾਅੱਲਾ ਉੱਥੇ ਹਾਂ ਐਸ ਲਈ ਜਿਹੜੀ ਆ ਗੱਲ ਆ ਨਾ ਆਣੀ ਹੈਗੀ ਵੀ ਲਓ ਜੀ ਮੈਂ ਇੰਨਾ ਹੋ ਗਿਆ ਕੋਈ ਕੋਈ ਹੋਊਗਾ ਹੁਣ ਕਰਨੈਲ ਸਿੰਘ ਸੀ ਉਹਦਾ ਪੁੱਤ ਸੀ ਨੰਬਰਦਾਰ ਸੀ ਉਹ ਗੁਰਦੇਵ ਸਿੰਘ ਸਾਡਾ ਜਮਾਤੀ ਸੀ ਸਹੀ ਹੈ ਜਵਾਲਾ ਸਿੰਘ ਸੀ ਉਹਦਾ ਪੁੱਤ ਸੀ ਜਗੀਰ ਸਿੰਘ ਉਹ ਹੋਣਗੇ ਕੋਈ ਨਾ ਕੋਈ ਜਮਾਤੀ ਸੀ ਇੱਕ ਹੋਰ ਸੀਗਾ ਮੁਨਸ਼ੀ ਸੀ ਥਾਣੇ ਦਾ ਅੱਛਾ ਕੀ ਨਜਰਨਾ ਕੀ ਸੀ ਉਹਦਾ ਨਾਂ ਤੇ ਉਹਦੇ ਪੁੱਤ ਦਾ ਨਾਂ ਜਰਨੈਲ ਸਿੰਘ ਸੀ ਅੱਛਾ ਤੁਸੀਂ ਉਹਨਾਂ ਨੂੰ ਹੁਣ ਕੇ ਸੁਨੇਹਾ ਸੁਣਾ ਦਿਓ ਸ਼ਾਇਦ ਨਾ ਜਾਣਾ ਕੋਈ ਸਲਾਮ ਦੁਆਈ ਕਰ ਦਿਓ ਸਲਾਮ ਦੁਆ ਕਰ ਦਿਓ ਹੈ ਲੋ ਜੀ ਬਾਬਾ ਜੀ ਨੇ ਜਿਹੜੇ ਨਾਂ ਲੈ ਨਾ ਆਪਣੇ ਬੇਲੀਆਂ ਦੇ ਉਹ ਜੇ ਕੋਈ ਹੈਗਾ ਤੇ ਇਹਨਾਂ ਲੋ ਉਹਨੂੰ ਸਲਾਮ ਜੀ ਤੇ ਹੁਣ ਤੁਸੀਂ ਫਿਰ ਸਾਨੂੰ ਗੁਰਦੁਆਰਾ ਦਿਖਾਓਗੇ ਜੀ ਦਿਖਾ ਦਿਆਂਗੇ ਚਲੋ ਜੀ ਬਾਬਾ ਜੀ ਸਾਨੂੰ ਨਾ ਗੁਰਦੁਆਰਾ ਦਿਖਾਣਗੇ ਇਹ ਨਮਾਜ਼ ਦਾ ਹੁਣ ਟਾਈਮ ਆ ਤੇ ਉਸ ਤੋਂ ਬਾਅਦ ਫਿਰ ਜਾ ਕੇ ਦੇਖਦੇ ਗੁਰਦੁਆਰਾ ਲੋ ਜੀ ਇਹ ਭਾਈ ਸਾਹਿਬ ਸਾਨੂੰ ਨਾ ਕਿੱਥੇ ਗੁਰਦੁਆਰਾ ਸੀਗਾ ਤੇ ਉਹ ਦਿਖਾਉਣ ਚੱਲਿਆ ਗਿਆ ਕੋਈ ਉੱਥੇ ਨਿਸ਼ਾਨ ਹੋਏਗਾ ਉਹ ਕਿੱਦਾਂ ਬਾਬਾ ਜੀ ਕਹਿੰਦੇ ਕਿ ਕੋਈ ਐਸ ਸੱਚ ਕੋਈ ਨਹੀਂ ਹੈਗਾ ਕੋਈ ਕਮਰਾ ਜਿਹਾ ਹੈ ਚਲੋ ਇਹ ਅੱਡੇ ਵੱਲ ਤੋਂ ਕਿਹੜੇ ਸੜਕ ਆ ਰਹੀ ਨਾ ਜੀ ਇਹ ਉਹ ਗਲੀ ਕਹਿ ਲਓ
छोटी छोटी गलियां है इस पिंड दी। चलो जी असं जा रहे हूँ, होवे आ गए घर आए कह जी सू देख लैन देन। लो जी ए चन्नू मातम उहदा गुरद्वारा उस पिंड दा। ए इन्नी जगह केड़ी हैगी, ए अली सीमेंट तुरले पासे, ए हैगी पुरानी, ये पता भी चल रहा है। तो यह कड़ा सीमेंट हो जाए यह कड़ा वे ए दो दा दूसरा हिस्सा ए कोने तक इतने तक सी है, क्योंकि यह पिंड कड़ा मातम रेंदे थे इतने सरदार वो सारे चले गए, इतने महाजर आ गए इंडिया चो कड़े हिजरत करके आए तो वह इतने रहने यह हूँ घर च तब्दील हो गया। बरल यह कड़ा जी ए चन्नू मातम पिंड का गुरद्वारा होंदा सी जी। अगर कोई इत्थे दा कोई बाबा बुजुर्ग कोई है याद उत्थे हैगा इंडिया च किसी जगह ते उहदे लई उहनूं याद आ जाएगा कि इत्थे कदी लोग सरदार केड़े सी वो अपनी इबादत करते सी ग्रंथ सुनते सी। ते ए गली अगे लो जी एक बारी फिर